ਮਾਰ ਕਾਕਾ ਆ ਬਰਾੜ ਜੋ ਪ੍ਰਧਾਨ ਕਨਸਾਨ ਯੂਨੀਅਨ ਦੇ ਉਹ ਆਪ ਨੂੰ ਵਿਚਾਰ ਦੱਸਣਗੇ ਬਹੁਤ ਹੀ ਸਤਕਾਰਯੋਗ ਮਤਾਉ ਭੈਣੋ ਨੌਜਵਾਨ ਵੀਰੋ ਤੇ ਬਜ਼ੁਰਗੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੀ ਅਪ੍ਰੈਲ ਆ ਤੇ ਜਿਵੇਂ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਿਆਂਦੇ ਆ ਖੇਤੀ ਨੂੰ ਤਬਾਹ ਕਰਨ ਦੇ ਲਈ ਪਰ ਉਹਨਾਂ ਨੂੰ ਲਾਗੂ ਹੋਣ ਤੇ ਜਿਹੜੀ ਰੋਕ ਆ ਤੁਹਾਡੇ ਸੰਘਰਸ਼ ਕਰਕੇ ਲੱਗੀ ਹੋਈ ਆ ਪਰ ਜਿਹੜੇ 44 ਲੇਬਰ ਲਾ ਸਿਗੇ ਉਹਨਾਂ ਨੂੰ ਖਤਮ ਕਰਕੇ ਜਿਹੜੇ ਚਾਰ ਲੇਬਰ ਕੋਡ ਕੇਂਦਰ ਸਰਕਾਰ ਨੇ ਲਿਆਂਦੇ ਆ ਉਹਨਾਂ ਦੀ ਲਾਗੂ ਹੋਣ ਦੀ ਡੇਟ ਜਿਹੜੀ ਆ ਅੱਜ ਤੋਂ ਆ ਸ਼ਾਇਦ ਕੁਝ ਕਾਰਨਾ ਕਰਕੇ ਕੁਝ ਦਿਨ ਅੱਗੇ ਪੈ ਜੇ ਪਰ ਇਹ ਹਿੰਦੁਸਤਾਨ ਦੇ ਇਤਿਹਾਸ ਦਾ ਬਹੁਤ ਕਾਲਾ ਦਿਨ ਜਦੋਂ ਸਰਕਾਰ ਨੇ ਇਹ ਕਿਹਾ ਕਿ ਪਹਿਲੀ ਅਪ੍ਰੈਲ ਤੋਂ ਅਸੀਂ ਇਹ ਜਿਹੜੇ ਖੇਤੀ ਕਾਨੂੰਨ ਆ ਜਿਹੜੇ ਲੇਬਰ ਲਾ ਲੇਬਰ ਕੋਡ ਨੇ ਉਹ ਲਾਗੂ ਕਰਨੇ ਆ ਇਹ ਲੇਬਰ ਕੋਡ ਹੈਗੇ ਕੀ ਆ ਇਦਿਆਂ ਮੈਂ ਦੋ ਤਿੰਨ ਮੋਟੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੂੰਗਾ ਜਿਹੜੀਆਂ ਕਿ ਬਿਲਕੁਲ ਸਾਡੇ ਖੇਤੀ ਕਾਨੂੰਨਾਂ ਦੇ ਨਾਲ ਮਿਲਦੀਆਂ ਜੁਲਦੀਆਂ ਨੇ ਤੇ ਅੱਜ ਜੇ ਸਾਰੇ ਉਹ ਲੇਬਰ ਲਾਅ ਖਤਮ ਕਰਨ ਜਾ ਰਹੇ ਆ ਤਾਂ ਬਿਲਕੁਲ ਉਹੀ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਜੋ ਖੇਤੀ ਕਾਨੂੰਨਾਂ ਬਾਰੇ ਦਿੱਤੀਆਂ ਜਾ ਰਹੀਆਂ ਨੇ ਲੇਬਰ ਕੋਡ ਦੇ ਵਿੱਚ ਇਹ ਆ ਕਿ ਹੁਣ ਜੇ ਮਜ਼ਦੂਰਾਂ ਨੇ ਯੂਨੀਅਨ ਬਣਾਉਣੀ ਹੋਊਗੀ ਤਾ ਉਹਦੇ ਉੱਪਰ ਬਹੁਤ ਸਾਰੀਆਂ ਰੋਕਾਂ ਲਾਤੀਆਂ ਇਸ ਤਰ੍ਹਾਂ ਦੀਆਂ ਰੋਕਾਂ ਲਾਦੀਆਂ ਕਿ ਮਜ਼ਦੂਰਾਂ ਨੂੰ ਜਥੇਬੰਦੀ ਬਣਾਉਣੀ ਲਗਭਗ ਅਸੰਭਵ ਕਰਕੇ ਰੱਖਤੀ ਹੁਣ ਜੇ ਤੁਸੀਂ ਮੰਨ ਲਓ ਕਿ ਜੇ ਸਾਡੇ ਦੇ ਕਿਸਾਨ ਜਥੇਬੰਦੀਆਂ ਤੇ ਕਿਸਾਨ ਜਥੇਬੰਦੀ ਬਣਾਉਣ ਤੇ ਪਾਬੰਦੀ ਲੱਗ ਜਾਏ ਐਨੀਆਂ ਰੋਕਾਂ ਲਾ ਦਿੱਤੀਆਂ ਜਾਣ ਵੀ ਤੁਸੀਂ ਸ਼ਰਤਾਂ ਇਦਾਂ ਦੀਆਂ ਲਾ ਦੇਣ ਕਿ ਤੁਸੀਂ ਜਥੇਬੰਦੀ ਤਾਂ ਬਣਾ ਸਕਦੇ ਹੋ ਜੇ ਪੰਜਾਬ ਦੇ ਅੱਧ ਤੋਂ ਜ਼ਿਆਦਾ ਕਿਸਾਨ ਤੁਹਾਡੇ ਮੈਂਬਰ ਬਣਨਗੇ ਤੁਹਾਡੇ ਨਾਲ ਸਹਿਮਤ ਹੋਣਗੇ ਅੱਧ ਤੋਂ ਜ਼ਿਆਦਾ ਪੰਜਾਬ ਦੇ ਕਿਸਾਨ ਹਜੇ ਤੱਕ ਜਿਹੜੀਆਂ ਪੰਜਾਬ ਦੀਆਂ ਬੱਥੀ ਜਥੇਬੰਦੀਆਂ ਉਹਦੇ ਮੈਂਬਰ ਨਹੀਂ ਬਣेंगे ਤੇ ਕੋਈ ਇੱਕ ਜਥੇਬੰਦੀ ਤੇ ਅੱਧ ਤੋਂ ਵੱਧ ਮੈਂਬਰ ਬਣ ਜਾਣ ਤੇ ਫੇਰ ਸਰਕਾਰ ਨੂੰ ਮੰਨੇ ਕਿ ਜਥੇਬੰਦੀ ਆ ਇਸ ਤਰ੍ਹਾਂ ਦੀਆਂ ਸ਼ਰਤਾਂ ਲਾ ਕੇ ਅਸਲ 'ਚ ਸਰਕਾਰ ਇੱਕ ਇਸ ਤਰ੍ਹਾਂ ਦੀ ਐਮਰਜੈਂਸੀ ਲਾਉਣਾ ਚਾਹੁੰਦੀ ਆ ਕਿ ਲੋਕਾਂ ਦੇ ਇਕੱਠੇ ਹੋਣ ਤੇ ਬੋਲਣ ਤੇ ਜਿਹੜੀ ਮੁਕੰਮਲ ਪਾਬੰਦੀ ਲਾਈ ਜਾ ਸਕੇ ਜੇਕਰ ਇਸ ਤਰ੍ਹਾਂ ਦਾ ਕਾਨੂੰਨ ਇਸ ਮੁਲਕ 'ਚ ਹੁੰਦਾ ਤਾਂ ਨਾ ਪੰਜਾਬ 'ਚ ਕਿਸਾਨ ਜਥੇਬੰਦੀਆਂ ਬਣ ਸਕਣੀਆਂ ਸੀ ਨਾ ਉਹ ਤੁਹਾਨੂੰ ਜਾਗਰਤ ਕਰਦੀਆਂ ਤੇ ਨਾ ਹੀ ਅੱਜ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਸੀਗਾ ਇਹ ਸੰਘਰਸ਼ ਲਾਮਬੰਦ ਹੁੰਦਾ ਪਰ ਹੁਣ ਇਹ ਲੇਬਰ ਕੋਡ ਦੇ ਵਿੱਚ ਸਰਕਾਰ ਇਹ ਲਿਆਉਣ ਜਾ ਰਹੀ ਆ ਮਜ਼ਦੂਰਾਂ ਦੇ ਜਥੇਬੰਦੀ ਬਣਾਉਣ ਦੇ ਉੱਪਰ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ ਔਰ ਇਹ ਪਾਬੰਦੀਆਂ ਸਿਰਫ ਮਜ਼ਦੂਰਾਂ ਤੱਕ ਨਹੀਂ ਰਹਿਣਗੀਆਂ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਦੇ ਉੱਪਰ ਵੀ ਲੱਗਣਗੀਆਂ ਅਗਲੀ ਗੱਲ ਕਿ ਉਹਨਾਂ ਨੇ ਜਿਹੜਾ ਘੱਟੋ ਘੱਟ ਉਜਰਤਾ ਯਾਨੀ ਕਿ ਘੱਟੋ ਘੱਟ ਤਨਖਾਹ ਜਾਂ ਘੱਟੋ ਘੱਟ ਜਿਹੜੀ ਦਿਹਾੜੀ ਤੈਅ ਹੁੰਦੀ ਸੀ ਉਹ ਵੀ ਸਰਕਾਰ ਨੇ ਲੇਬਰ ਕੋਡ ਦੇ ਤਹਿਤ ਜਿਹੜੀ ਆ ਉਹ ਖਤਮ ਕਰਤੀ ਆ ਯਾਨੀ ਕਿ ਫੈਕਟਰੀ ਜਦੋਂ ਮਜ਼ਦੂਰ ਕੰਮ ਕਰੂਗਾ ਤਾਂ ਇਹ ਫੈਕਟਰੀ ਮਾਲਕ ਦੀ ਮਰਜ਼ੀ ਹੋਊਗੀ ਕਿ ਉਹਨੂੰ ਕਿੰਨੀ ਤਨਖਾਹ ਦਿੰਦਾ ਕਿੰਨੀ ਦਿਹਾੜੀ ਦਿੰਦਾ ਔਰ ਇਹਦੇ ਵਾਸਤੇ ਉਹਦੀ ਸੁਰੱਖਿਆ ਵਾਸਤੇ ਕੋਈ ਕਾਨੂੰਨ ਨਹੀਂ ਹੋਊਗਾ ਕਿਸੇ ਨੂੰ ਲੱਗ ਸਕਦਾ ਵੀ ਇਹ ਤਾਂ ਕੱਲੇ ਮਜ਼ਦੂਰਾਂ ਤੇ ਆ ਪਰ ਜਿਹੜੇ ਤਿੰਨ ਖੇਤੀ ਕਾਨੂੰਨ ਆ ਉਹਦੇ 'ਚ ਵੀ ਬਿਲਕੁਲ ਉਸ ਤਰ੍ਹਾਂ ਦੀ ਗੱਲ ਆ ਕਿ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਆ ਫਸਲਾਂ ਦਾ ਘੱਟੋ ਘੱਟ ਵਾਜਬ ਰੇਟ ਆ ਲੇਬਰ ਕੋਰਟ ਦੇ ਆਂਗੂ ਖੇਤੀ ਕਾਨੂੰਨਾ ਚ ਵੀ ਉਦਾਂ ਕਿ ਘੱਟੋ ਘੱਟ ਸਮਰਥਨ ਮੁੱਲ ਸਰਕਾਰ ਨਹੀਂ ਤੈਅ ਕਰੂਗੀ ਇਹ ਵਪਾਰੀ ਵੱਡੇ ਦੀ ਤੇ ਸਰਮਾਇਦਾਰ ਦੀ ਮਰਜ਼ੀ ਹੋਊਗੀ ਕਿ ਉਹ ਥੋੜੀ ਫਸਲ ਦਾ ਕਿੰਨਾ ਰੇਟ ਲਾਉਂਦਾ ਕਿੰਨਾ ਨਹੀਂ ਲਾਉਂਦਾ ਦੇਸ਼ ਦੀ ਬਿਲਕੁਲ ਉਸ ਤਰ੍ਹਾਂ ਦੀ ਹਾਲਤ ਬਣਾਈ ਜਾ ਰਹੀ ਆ ਆਪ੍ਰੈਲ ਦਾ ਮਹੀਨਾ ਚੱਲ ਰਿਹਾ 8 ਅਪ੍ਰੈਲ ਨੂੰ ਉਹ ਇਤਿਹਾਸਕ ਦਿਨ ਆ ਜਿੱਦੋ ਸ਼ਹੀਦ ਆਜ਼ਮ ਭਗਤ ਸਿੰਘ ਨੇ ਅਸੈਂਬਲੀ ਚ ਬੰਬ ਸੁੱਟਿਆ ਸੀ ਕਿਹੜੀਆਂ ਗੱਲਾਂ ਕਰਕੇ ਬੰਬ ਸੁੱਟਿਆ ਸੀ ਕਿ ਅੰਗਰੇਜ਼ ਦੋ ਕਾਨੂੰਨ ਲੈ ਕੇ ਆਏ ਸੀਗੇ ਇੱਕ ਟ੍ਰੇਡ ਡਿਸਪਿਊਟ ਬਿੱਲ ਕਿ ਜਿਹੜਾ ਫੈਕਟਰੀਆਂ ਦੇ ਮਜ਼ਦੂਰਾਂ ਦੇ ਇਕੱਠੇ ਹੋਣ ਤੇ ਰੋਕ ਲਾਉਂਦਾ ਸੀ ਔਰ ਸਰਮਾਇਯਦਾਰਾਂ ਨੂੰ ਉਹ ਥਾਹ ਤਾਕਤਾਂ ਦਿੰਦਾ ਸੀ ਦੂਜਾ ਸੀ ਪਬਲਿਕ ਸੇਫਟੀ ਬਿੱਲ ਕਿ ਲੋਕਾਂ ਦੇ ਕਿਸੇ ਵੀ ਅੰਦੋਲਨ ਨੂੰ ਅੱਤਵਾਦੀ ਅੰਦੋਲਨ ਕਹਿ ਕੇ ਸਰਕਾਰ ਲਈ ਖਤਰਾ ਕਹਿ ਕੇ ਉੱਤੇ ਪਾਬੰਦੀ ਲਾਈ ਜਾ ਸਕੇ ਇਹ ਦੋ ਕਾਨੂੰਨ ਜਦੋਂ ਅੰਗਰੇਜ਼ ਲਿਆਉਣ ਲੱਗੇ ਸੀਗੇ ਤਾਂ ਭਗਤ ਸਿੰਘ ਨੇ ਉਦੋਂ ਅਸੈਂਬਲੀ 'ਚ ਬੰਬ ਸੁੱਟਿਆ ਸੀਗਾ ਪਰ ਉਸੇ ਤਰ੍ਹਾਂ ਦੇ ਕਾਨੂੰਨ ਮਜ਼ਦੂਰਾਂ ਲਈ ਇਹਨਾਂ ਨੇ ਲਾਗੂ ਕਰਤੇ ਆ ਕਿ ਤੁਹਾਡੀ ਖੁਸ਼ਕਿਸਮਤੀ ਆ ਕਿ ਤੁਸੀਂ ਜਾਗ ਗਏ ਹੋ ਤੇ ਲਾਗੂ ਹੋਣ ਤੋਂ ਰੋਕ ਜਿਹੜੀ ਆ ਤੁਸੀਂ ਲਵਾਲੀ ਆ ਔਰ ਇਹ ਲੜਾਈ ਤੁਹਾਡੀ ਇਹਦੀ ਚਰਚਾ ਸਿਰਫ ਇੱਥੋਂ ਤੱਕ ਨਹੀਂ ਹੈ ਜਿੱਦਣ ਅਸੀਂ ਪੰਜਾਬ ਤੋਂ ਚੱਲੇ ਆ 26 ਨਵੰਬਰ ਨੂੰ ਪਹੁੰਚਣਾ ਸੀ ਦਿੱਲੀ ਦਾ 25 ਨਵੰਬਰ ਨੂੰ ਅਮਰੀਕਾ ਤੋਂ ਇੱਕ ਬੀਬੀ ਆ ਸ਼੍ਰਿਸ਼ਟੀ ਅਗਰਵਾਲ ਉਹ ਜੰਮਪਲ ਭਾਰਤ ਦੀ ਆ ਪਰ ਅਮਰੀਕਾ 'ਚ ਉਹ ਕੰਮ ਕਰ ਰਹੀ ਆ ਬਹੁਤ ਸਮੇਂ ਤੋਂ ਰਹਿ ਰਹੀ ਆ ਉਹ ਆਪਣੇ ਅੰਦੋਲਨ ਦੇ ਪੱਖ 'ਚ ਆਵਾਜ਼ ਉਠਾ ਰਹੀ ਸੀ ਜਦੋਂ ਪਹਿਲੀ ਵਾਰੀ 25 ਸਤੰਬਰ ਨੂੰ ਪੰਜਾਬ ਬੰਦ ਹੋਇਆ ਤਾ ਚਰਚਾ ਹੋਈ ਕਿ ਪੰਜਾਬ ਦੇ ਕਿਸਾਨ ਲੜ ਰਹੇ ਆ 25 ਨਵੰਬਰ ਨੂੰ ਉਹਨੇ ਮੈਨੂੰ ਫੋਨ ਕੀਤਾ ਜਾਣਨ ਵਾਸਤੇ ਵੀ ਤਿੰਨ ਕਾਨੂੰਨਾਂ ਦਾ ਮੁੱਦਾ ਕੀ ਆ ਜਦੋਂ ਅਸੀਂ ਦੱਸਿਆ ਵੀ ਕੰਟਰੈਕਟ ਫਾਰਮਿੰਗ ਦੇ ਤਹਿਤ ਆ ਕੁਸ਼ ਕੀਤਾ ਜਾ ਰਿਹਾ ਜਿਵੇਂ ਅਮਰੀਕਾ 'ਚ ਕਿਸਾਨ ਉਜਾੜੇ ਆ ਤਾਂ ਉਹਨਾਂ ਨੂੰ ਉਦੋਂ ਇੰਨੀ ਜਾਣਕਾਰੀ ਨਹੀਂ ਸੀ ਪਿਛਲੇ ਹਫਤੇ ਅੰਗਰੇਜ਼ੀ ਦਾ ਅਖਬਾਰ ਆ ਟਾਈਮਜ਼ ਆਫ ਇੰਡੀਆ ਉਹਦੇ ਚ ਉਸ ਬੀਬੀ ਸ਼੍ਰੇਸ਼ਟੀ ਅਗਰਵਾਲ ਤੇ ਇੱਕ ਬਿਵਰਤਾ ਪੇ ਨਾਂ ਦਾ ਇੱਕ ਫਿਲਮ ਮੇਕਰ ਆਮਰੀਕਾ ਦਾ ਉਹਨਾਂ ਨੇ ਉਹਨਾਂ ਦੀ ਇੱਕ ਸਟਡੀ ਛਪੀਆ ਕਿ ਉਹਨਾਂ ਨੇ ਆਪਣੇ ਨਾਲ ਗੱਲ ਕਰਨ ਤੋਂ ਬਾਅਦ ਅਮਰੀਕਾ ਦੇ ਵਿੱਚ 10000 ਕਿਲੋਮੀਟਰ ਦਾ ਸਫ਼ਰ ਕੀਤਾ ਅਮਰੀਕਾ ਦੇ ਪਿੰਡਾਂ 'ਚ ਇਹ ਜਾਣਨ ਵਾਸਤੇ ਕਿ ਜਿਹੜੇ ਪੰਜਾਬ ਦੇ ਕਿਸਾਨ ਆ ਗੂ ਇਹ ਕਹਿ ਰਹੇ ਕਿ ਅਮਰੀਕਾ 'ਚ ਜਿਵੇਂ ਕਿਸਾਨ ਉਜਾੜੇ ਆ ਓਵੇਂ ਪੰਜਾਬ 'ਚ ਉਜਾੜਨੇ ਆ ਵੀ ਦੇਖੀਏ ਤਾਂ ਸਹੀ ਕਿ ਅਮਰੀਕਾ ਜਿਹੜਾ ਕਹਿੰਦੇ ਨਾ ਖੁਸ਼ਹਾਲ ਮਿਲਕਾ ਮੁਲਕਾ ਦੇ ਪਿੰਡਾਂ 'ਚ ਤਾਂ ਵੜ ਕੇ ਦੇਖੀਏ ਤਾਂ ਉਹ ਜਦੋਂ 10000 ਕਿਲੋਮੀਟਰ ਦਾ ਸਫ਼ਰ ਕੀਤਾ ਅਮਰੀਕਾ ਦੇ ਪਿੰਡਾਂ 'ਚ ਤਾਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹ ਇਹ ਸੀ ਉਹ ਕਹਿੰਦੀ ਆ ਕਿ ਅਮਰੀਕਾ ਦੇ ਪਿੰਡਾਂ ਦੇ ਵਿੱਚ ਕੋਈ ਕਿਸਾਨਾਂ ਦਾ ਅਜਿਹਾ ਪਰਿਵਾਰ ਨਹੀਂ ਜਿੱਥੇ ਕਿਸੇ ਨੇ ਖੁਦਕੁਸ਼ੀ ਨਾ ਕੀਤੀ ਹੋਵੇ ਕਿ 1945 'ਚੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਦੋਂ ਇਸ ਤਰ੍ਹਾਂ ਦੀ ਖੇਤੀ ਨੀਤੀ ਅਮਰੀਕਾ 'ਚ ਲਾਗੂ ਹੋਈ ਆ ਤਾਂ ਉਦੋਂ ਉੱਥੇ 1945 'ਚ ਜਿਹੜੀ ਐਵਰੇਜ ਜ਼ਮੀਨ ਸੀ ਕਿਸਾਨ ਦੀ ਉਹ 150 ਏਕੜ ਸੀ ਹੁਣ ਆਪਾਂ ਭਾਰਤ ਨਾਲ ਤੁਲਨਾ ਕਰੀਏ ਜਿਹੜੀ ਸਾਡੀ ਮਰਦਮਸ਼ੁਮਾਰੀ ਹੁੰਦੀ ਆ 1970 'ਚ ਪਹਿਲੀ ਵਾਰੀ ਅੰਕੜਿਆਂ 'ਚ ਆਈ ਆ ਗੱਲ ਕਿ 1970 'ਚ ਭਾਰਤ ਦੇ ਵਿੱਚ ਆਸਟਾਨੇ ਇੱਕ ਕਿਸਾਨ ਪਰਿਵਾਰ ਕੋਲੇ ਪਾਉਣੇ 6 ਕਿੱਲੇ ਜ਼ਮੀਨ ਸੀ ਤੇ 2013-14 ਤੱਕ ਆਉਂਦਿਆਂ ਆਉਂਦਿਆਂ ਉਹ ਐਵਰੇਜ ਜਿਹੜੀ ਆ ਉਹ 2.5 ਕਿੱਲੇ ਰਹਿ ਗਈ ਤੇ ਅਗਲੀ ਮਰਦਮਸ਼ੁਮਾਰੀ ਹੋਣ ਤੱਕ ਹੋ ਸਕਦਾ ਉਹ 1.5 ਤੇ ਪਾਉਣੇ 2 ਤੱਕ ਰਹਿ ਜੇ ਤੇ ਦੂਜੇ ਪਾਸੇ ਅਮਰੀਕਾ ਚ ਜਦੋਂ ਇਹ ਕਾਨੂੰਨ ਲਿਆਂਦੇ ਉਦੋਂ ਐਵਰੇਜ 150 ਕਿੱਲਾ ਜ਼ਮੀਨ ਸੀ ਕਿਸਾਨ ਦੇ ਕੋਲੇ ਅਮਰੀਕਾ ਦੇ ਵਿੱਚ ਤੇ ਅੱਜ ਐਵਰੇਜ 450 ਕਿਲਾ ਜ਼ਮੀਨ ਆ ਜਿੰਦਾ ਮਤਲਬ ਆ ਵੀ ਇੱਕ ਛੋਟਾ ਤੇ ਦਰਮਿਆਨਾ ਕਿਸਾਨ ਬੇਜ਼ਮੀਨਾ ਕਰਤਾ ਜ਼ਮੀਨ ਤੋਂ ਬਾਹਰ ਕਰਤਾ 60 ਲੱਖ ਕਿਸਾਨੀ ਤੋਂ ਘਟ ਕੇ 20 ਲੱਖ ਕਿਸਾਨੀ ਰਹਿ ਗਈ 40 ਲੱਖ ਕਿਸਾਨ ਅਮਰੀਕਾ ਦਾ ਖੇਤੀ ਤੋਂ ਬਾਹਰ ਹੋ ਚੁੱਕਾ ਉਹਦੀ ਜ਼ਮੀਨ ਜਿਹੜੀ ਆ ਉਹ ਜਾ ਚੁੱਕੀ ਆ ਇਥੋਂ ਤੱਕ ਕਿ ਵੱਡੇ ਵੱਡੇ ਜਿਹੜੇ ਡੇਰੀ ਫਾਰਮਸੀ ਅਮਰੀਕਾ ਦੇ ਵੱਡੇ ਵੱਡੇ ਪੋਲਟਰੀ ਫਾਰਮ ਸੀ ਜਿਹੜੇ ਮੀਟ ਦਾ ਕੰਮ ਕਰਦੇ ਸੀ ਜਾਂ ਹੋਰ ਖੇਤੀ ਨਾਲ ਜੁੜੇ ਕਿਤੇ ਉਹ ਸਾਰੇ ਦੇ ਸਾਰੇ ਅਮਰੀਕਾ 'ਚ ਤਬਾਹ ਹੋਇਆ ਔਰ ਪਿਛਲੇ ਦਿਨੀ ਡਾਕਟਰ ਦਵਿੰਦਰ ਸ਼ਰਮਾ ਜਿਹੜੇ ਖੇਤੀਬਾੜੀ ਮਾਹਰ ਆਰਥ ਸ਼ਾਸਤਰੀ ਨੇ ਖੇਤੀਬਾੜੀ ਦੇ ਉਹਨਾਂ ਨੇ ਲਿਖਿਆ ਇੱਕ ਥਾਂ ਤੇ ਅਮਰੀਕਾ ਬਾਰੇ ਕਿ ਇੱਕ ਕਿਸਾਨ ਦੇ ਕੋਲੇ 50 گاਵਾ ਸੀ ਅਮਰੀਕਾ ਦੇ ਵਿੱਚ ਔਰ ਉਹਨੂੰ ਕੱਲੀ-ਕੱਲੀ ਗਾਂ ਦਾ ਨਾਮ ਰੱਖਿਆ ਸੀ ਕੱਲੀ-ਕੱਲੀ ਗਾਂ ਨੂੰ ਨਾਮ ਲੈ ਕੇ ਬਣਾਉਂਦਾ ਸੀਗਾ ਇਹਨਾਂ ਖੁੱਬ ਕੇ ਡੇਰੀ ਫਾਰਮ ਦਾ ਕੰਮ ਕਰਦਾ ਸੀ ਔਰ ਇਹਨਾਂ ਨੀਤੀਆਂ ਨੇ ਉਹਦਾ ਡੇਰੀ ਫਾਰਮ ਦਾ ਇਹ ਹਾਲ ਕੀਤਾ ਕਿ ਉਹ ਕਿਸਾਨ ਨੇ ਪਹਿਲਾਂ ਪੰਜਾਵਾ گاਵਾਂ ਨੂੰ ਗੋਲੀ ਮਾਰੀ ਫਿਰ ਗੁੱਦ ਨੂੰ ਗੋਲੀ ਮਾਰ ਕੇ ਮਰ ਗਿਆ ਕਹਿੰਦੇ ਕਹੌਂਦੇ ਸਾਡੇ ਤੋਂ ਵੱਡੀਆਂ ਜ਼ਮੀਨਾਂ ਸੀ ਅਮਰੀਕਾ ਦੇ ਵਿੱਚ ਜਿੱਥੇ ਐਵਰੇਜ 150 ਕਿੱਲਾ ਜ਼ਮੀਨ ਤੇ ਸਾਡੇ ਇੱਥੇ ਐਵਰੇਜ 2.5 ਕਿੱਲੇ ਜ਼ਮੀਨ ਤੇ ਉਹ ਕਿਸਾਨ ਨਹੀਂ ਉਹਨਾਂ ਖੇਤੀ ਨੀਤੀ ਅੱਗੇ ਜਿਹੜੀ ਕਾਰਪੋਰੇਟ ਨੂੰ ਮੁਨਾਫਾ ਦੇਣ ਵਾਲੀ ਤੇ ਛੋਟੇ ਕਿਸਾਨ ਨੂੰ ਬਾਹਰ ਕੱਢਣ ਵਾਲੀ ਸੀ ਉਹ ਨਹੀਂ ਟਿਕ ਸਕੇ ਤੇ ਸਾਡੇ ਮੁਲਕ ਦਾ ਕਿਸਾਨ ਕਿਵੇਂ ਟਿਕੂਗਾ 86% ਦੀ ਕਿਸਾਨ ਇੱਥੇ ਬਿਲਕੁਲ ਛੋਟਾ ਤੇ ਦਰਮਿਆਨਾ ਕਿਸਾਨ ਆ। ਔਰ ਇੱਥੋਂ ਤੱਕ ਬਸ ਨਹੀਂ। ਉਹ ਕਹਿੰਦੇ ਕਿ ਅਸੀਂ ਉਸ ਬੰਦੇ ਨੂੰ ਜਿਹੜਾ ਉਹਨਾਂ ਦਿਨਾਂ 'ਚ ਇਹ ਨੀਤੀ ਲੈ ਕੇ ਆਇਆ ਉਹਨਾਂ 'ਚ ਇੱਕ ਅਰਥਸ਼ਾਸਤਰੀ ਨੂੰ ਮਿਲੇ ਤੇ ਜਦੋਂ ਗੱਲ ਕੀਤੀ ਕਿ ਅਮਰੀਕਾ ਦੇ ਪਿੰਡਾਂ 'ਚ ਤਾਂ ਤਬਾਈ ਮੱਚ ਗਈ ਆ। ਉਹ ਕਹਿੰਦਾ ਜਦੋਂ ਅਸੀਂ ਕਾਨੂੰਨ ਲੈ ਕੇ ਆਏ ਨੀਤੀ ਲੈ ਕੇ ਆਏ ਸਾਨੂੰ ਵੀ ਸਰਕਾਰ ਨੇ ਇਹ ਕਿਹਾ ਸੀ ਕਿ ਬਹੁਤ ਭਲਾ ਕਰੂਗੀ ਤੇ ਅਸੀਂ ਵੀ ਉਦੋਂ ਭਲੇਖੇ ਚ ਸੀ ਸਾਨੂੰ ਨਹੀਂ ਪਤਾ ਸੀ ਕਿ ਇਹਨਾਂ ਉਜਾੜਾ ਕਰੂਗੀ ਕਿਸਾਨਾਂ ਦੇ ਨਾਲ ਤੇ ਉਹ ਬੀਬੀ ਲਿਖਦੀ ਵੀ ਇਹ ਗੱਲ ਕਰਦਿਆਂ ਉਹ ਰੋਣ ਲੱਗ ਗਿਆ ਭੁਗੰਭੋਬਾ ਮਾਰ ਕੇ ਕਿ ਅਸੀਂ ਉਹ ਨੀਤੀ ਲੈ ਕੇ ਆਏ ਜਿਨੇ ਭੁੱਖੇ ਮਾਰਤੇ ਲੋਕ ਜਿਨੇ ਅਮਰੀਕਾ ਦੇ ਪਿੰਡਾਂ 'ਚ ਤਬਾਹੀ ਲੈ ਆਂਦੀ ਤੇ ਅੱਜ ਉਸੇ ਤਰ੍ਹਾਂ ਬੀਜੇਪੀ ਦੇ ਚਾਟੜੇ ਹਰਜੀਤ ਗਰੇਵਾਲ ਰਗੇ ਤੇ ਹੋਰ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂਗਾ ਕਿ ਇਹਨਾਂ ਕਾਨੂੰਨਾਂ ਨੇ ਕਿਵੇਂ ਤਬਾਹੀ ਮਚਾਉਣੀ ਆ ਉਹ ਉਸੇ ਅਮਰੀਕਾ ਦੇ ਅਰਥਸ਼ਾਸਤਰੀ ਵਾਂਗੂ ਟਾਰਾ ਮਾਰ ਰਹੇ ਆ ਕਿ ਕਾਨੂੰਨ ਬਹੁਤ ਚੰਗੇ ਆ ਤੇ ਉਹ ਇਹ ਬੀਬੀ ਇਹ ਵੀ ਕਹਿੰਦੀ ਆ ਕਿ ਕੁਝ ਦਿਨਾਂ ਤੱਕ ਅਸੀਂ ਇੱਕ ਫਿਲਮ ਬਣਾ ਰਹੇ ਆ ਅਮਰੀਕਾ ਦੇ ਕਿਸਾਨਾਂ ਦੀਆਂ ਇੰਟਰਵਿਊਜ਼ ਨੇ ਔਰ ਉਹ ਕੁਝ ਦਿਨਾਂ ਤੱਕ ਰਿਲੀਜ਼ ਹੋਊਗੀ ਤੇ ਅਮਰੀਕਾ ਦੇ ਕਿਸਾਨ ਕੀ ਕਹਿ ਰਹੇ ਆ ਇਸ ਮੁਲਕ ਦੇ ਕਿਸਾਨਾਂ ਨੂੰ ਕਿ ਤੁਸੀਂ ਸਹੀ ਸਮੇਂ ਤੇ ਜਾਗ ਗਏ ਜੇ ਅਸੀਂ ਜਾਗੇ ਹੁੰਦੇ ਸਾਡੀਆਂ ਜ਼ਮੀਨਾਂ ਨਾ ਜਾਂਦੀਆਂ ਤੁਸੀਂ ਜਾਗ ਗਏ ਤੁਹਾਨੂੰ ਇਹੀ ਸੰਦੇਸ਼ ਦੇ ਰਹੇ ਆ ਕਿ ਡਟੇ ਰਹੋ ਜਿੰਨਾ ਚਿਰ ਕਾਨੂੰਨ ਨਹੀਂ ਵਾਪਸ ਹੁੰਦੇ ਪਿੱਛੇ ਨਾ ਹਟਿਓ ਜੇ ਪਿੱਛੇ ਹਟਣ ਦਾ ਮਨ ਕਦੇ ਕਰਿਓ ਤੇ ਸਾਡੀ ਤਬਾਹੀ ਦੀ ਕਹਾਣੀ ਦੇਖ ਲਿਓ ਜੀ ਕਿ ਕਿਵੇਂ ਅਮਰੀਕਾ ਦੀ ਕਿਸਾਨੀ ਜਿਹੜੀ ਆ ਤਬਾਹੀ ਕੀਤੀ ਆ ਬਿਲਕੁਲ ਇਸੇ ਤਰ੍ਹਾਂ ਦੀਆਂ ਨੀਤੀਆਂ ਸਪੇਨ ਦੇ ਵਿੱਚ ਲੈ ਕੇ ਆਏ ਔਰ ਸਰਕਾਰ ਨੇ ਧਾਰ ਲਿਆ ਕਿ ਸਪੇਨ 'ਚ ਬਿਲਕੁਲ ਇਸ ਤਰ੍ਹਾਂ ਦੀ ਖੇਤੀ ਜਿਹੜੀ ਆ ਕਰਵਾਉਣੀ ਆ ਤੇ ਅੱਜ ਸਪੇਨ 'ਚ ਇਹ ਹਾਲ ਬਣਿਆ ਉਹਦੇ ਬਾਰੇ ਬਹੁਤ ਸਾਰੀਆਂ ਅੱਜ ਕਹਾਣੀਆਂ ਲੇਖ ਸਾਹਮਣੇ ਆ ਰਹੇ ਆ ਕਿ 3 ਸਾਲਾਂ ਬਾਅਦ ਸਪੇਨ ਦੇ ਕਿਸਾਨਾਂ ਨੂੰ ਰੋਟੀ ਖਾਣ ਵਾਸਤੇ ਭਾਂਡੇ ਤੱਕ ਵੇਚਨੇ ਪਏ ਆ ਸਾਰਾ ਅਨਾਜ ਸਾਰੀਆਂ ਜ਼ਮੀਨਾਂ ਜਿਹੜੇ ਵੱਡੇ ਕਾਰਪੋਰੇਟਾਂ ਕੋਲੇ ਚਲੀਆਂ ਗਈਆਂ ਇਸ ਕਰਕੇ ਤੁਹਾਡੀ ਲੜਾਈ ਕੱਲੇ ਪੰਜਾਬ ਦੇ ਇਤਿਹਾਸ 'ਚ ਨਵਾਂ ਅਧਿਆਇ ਨਹੀਂ ਲਿਖੂਗੀ ਕੱਲੇ ਭਾਰਤ ਦੇ ਇਤਿਹਾਸ 'ਚ ਨਵਾਂ ਅਧਿਆਇ ਨਹੀਂ ਲਿਖੂਗੀ ਤੁਹਾਡੀ ਲੜਾਈ ਨੇ ਦੁਨੀਆਂ ਦੇ ਇਤਿਹਾਸ 'ਚ ਨਵਾਂ ਅਧਿਆਇ ਲਿਖਣਾ ਇੱਕ ਨਵਾਂ ਚੈਪਟਰ ਲਿਖਣਾ ਔਰ ਪੂਰੇ ਦੁਨੀਆਂ ਦੇ ਜਿਹੜੇ ਲਤਾੜੇ ਜਾ ਰਹੇ ਆ ਕਿਸਾਨ ਤੁਸੀਂ ਉਹਨਾਂ ਨੂੰ ਜਿਹੜੀ ਉਹਦੇ ਵਾਸਤੇ ਪ੍ਰੇਰਨਾ ਸਰੋਤ ਬਣ ਕੇ ਉੱਪਰ ਨਾ ਪਰਸੋਂ ਇੱਕ ਪੱਤਰਕਾਰ ਨਾਲ ਗੱਲ ਹੋ ਰਹੀ ਸੀ ਉਹ ਫਿਲਮਾਂ ਵੀ ਬਣਾਉਂਦਾ ਉਹ ਕਹਿੰਦਾ ਮੈਂ ਕਹਿੰਦਾ ਕਿ ਰਿਕਾਰਡ ਟੁੱਟੂਗਾ ਇਸ ਅੰਦੋਲਨ ਤੇ ਘੱਟੋ ਘੱਟ 1000 ਜਿਹੜੀ ਆ ਫਿਲਮ ਬੰਨੀਆਂ 1000 ਇਸ ਅੰਦੋਲਨ ਤੇ ਫਿਲਮ ਬੰਨੀਆਂ ਦੁਨੀਆਂ ਦੀਆਂ ਯੂਨੀਵਰਸਿਟੀਆਂ ਚ ਇਹਦੇ ਸਲੇਪਸ ਇਹਦੀ ਸਲੇਪਸਾਂ ਦਾ ਹਿੱਸਾ ਬੰਨਣਾ ਇਹਦੀ ਚਰਚਾ ਹੋਣੀ ਆ ਇਸ ਕਰਕੇ ਤੁਸੀਂ ਬੜੇ ਖੁਸ਼ਕਿਸਮਤੋਂ ਬੜੇ ਭਾਗਾਂ ਵਾਲਿਓ ਕਿ ਇਤਿਹਾਸ ਸਿਰਜਿਆ ਜਾ ਰਿਹਾ ਤੇ ਤੁਸੀਂ ਉਸ ਇਤਿਹਾਸ ਦੇ ਦਰਸ਼ਕ ਨੀਗੇ ਤੁਸੀਂ ਉਸ ਇਤਿਹਾਸ ਦੇ ਪਾਤਰੋਂ ਤੁਸੀਂ ਉਹ ਸਿਰਜੇ ਜਾ ਰਹੇ ਇਤਿਹਾਸ ਦੇ ਵਿੱਚ ਯੋਗਦਾਨ ਪਾ ਰਹੇ ਹੋ ਇਸ ਕਰਕੇ ਇਸ ਇਤਿਹਾਸ ਦਾ ਜਿਹੜਾ ਪੰਨਾ ਉਹ ਸਿਖਰ ਤੱਕ ਲਿਜਾਇਆ ਜਾਵੇ ਇਹਨੂੰ ਜਿੱਤਿਆ ਜਾਵੇ ਔਰ ਜਿਹੜੇ ਲੇਬਰ ਕੋਰਟ ਤੋਂ ਮੈਂ ਗੱਲ ਸ਼ੁਰੂ ਕੀਤੀ ਆ ਅੱਜ ਇਸ ਦੇਸ਼ ਦੇ ਕਿਸਾਨ ਤੇ ਮਜ਼ਦੂਰ ਨੂੰ ਇੱਕ ਹੋਣ ਦੀ ਜ਼ਰੂਰਤ ਆ 14 ਅਪ੍ਰੈਲ ਨੂੰ ਤੈਅ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ ਕਿ ਡਾਕਟਰ ਭੀਮਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ ਜਾਊਗਾ ਸਾਡੇ ਸਮਾਜ ਦੀ ਤਰਾਸ ਦੀ ਰਹੀ ਆ ਕਿ ਅਸੀਂ ਇਹੀ ਮੰਨਦੇ ਰਹੇ ਆ ਕਿ ਡਾਕਟਰ ਭੀਮਰਾਓ ਅੰਬੇਦਕਰ ਹੋਈ ਸਮਾਜ ਦੇ ਜਿਹੜੇ ਸਭ ਤੋਂ ਦੱਬੇ ਕੁਚਲੇ ਜਿਹੜੀ ਇੱਕ ਬ੍ਰਾਹਮਣਵਾਦੀ ਵਿਚਾਰਧਾਰਾ ਨੇ ਜਾਤ ਪਾਤ ਬਣਾਈ ਆ ਸਭ ਤੋਂ ਹੇਠਲੇ ਤਬਕੇ ਦੇ ਲੋਕ ਨੇ ਸਿਰਫ ਉਹਨਾਂ ਨੂੰ ਸਿਰਫ ਉਹਨਾਂ ਨੇ ਯਾਦ ਕਰਨਾ ਪਾਰੇ ਵੀ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਕਿਸਾਨ ਜਥੇਬੰਦੀਆਂ ਡਾਕਟਰ ਅੰਬੇਦਕਰ ਹੋਰਾਂ ਦਾ ਜਨਮ ਦਿਹਾੜਾ ਮਨਾਉਣ ਗੀਆਂ ਤੇ ਮੈਂ ਉਹਨਾਂ ਦੀ ਇੱਕ ਛੋਟੀ ਜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ ਕਹਿੰਦੇ ਇੱਕ ਵਾਰ ਇੱਕ ਅੰਗਰੇਜ਼ੀ ਅਖਬਾਰ ਨੇ ਇੰਟਰਵਿਊ ਕਰਨੀ ਸੀ ਤੇ ਉਹਨੇ ਗਾਂਧੀ ਜੀ ਨੂੰ ਫੋਨ ਕੀਤਾ ਤੇ ਜਿਸ ਅੱਗੋਂ ਉਹਨਾਂ ਦੇ ਅਸਿਸਟੈਂਟ ਨੇ ਫੋਨ ਚੱਕਿਆ ਉਹ ਕਹਿੰਦਾ ਉਹ ਸੌ ਰਿਹਾ ਰਾਤ ਦਾ ਸਮੇਂ ਸੀ ਜਿਨ੍ਹਾਂ ਨੂੰ ਫੋਨ ਕੀਤਾ ਕਹਿੰਦੇ ਉਹ ਵੀ ਸੌ ਰਿਹਾ ਕਹਿੰਦੇ ਉਹਨਾਂ ਨੇ ਅੰਬੇਦਕਰ ਨੂੰ ਫੋਨ ਕੀਤਾ ਫੋਨ ਚੱਕਿਆ ਤਾਂ ਉਹ ਪੱਤਰਕਾਰ ਕਹਿੰਦਾ ਕਿ ਵੀ ਮੈਂ ਪਹਿਲਾਂ ਦੋ ਲੀਡਰਾਂ ਨੂੰ ਫੋਨ ਕੀਤਾ ਉਹ ਸੁੱਤੇ ਪਏ ਸੀ ਤੋ ਉਹਨੂੰ ਫੋਨ ਕੀਤਾ ਤੁਸੀਂ ਜਾਗ ਰਹੇ ਹੋ ਉਹ ਕਹਿੰਦੇ ਵੀ ਜਿੰਨਾਂ ਦੇ ਜਿਨ੍ਹਾਂ ਨੂੰ ਤੁਸੀਂ ਫੋਨ ਕੀਤਾ ਜਿਨ੍ਹਾਂ ਦੇ ਉਹ ਲੀਡਰ ਨੇ ਔਰ ਜਾਗਦੇ ਆ ਇਸ ਕਰਕੇ ਲੀਡਰ ਬੇਫਿਕਰ ਹੋ ਕੇ ਸੌ ਸਕਦੇ ਆ ਤੇ ਜਿਨ੍ਹਾਂ ਦਾ ਆਗੂ ਮੈਂ ਆ ਉਹ ਸਦੀਆਂ ਤੋਂ ਸੁੱਤੇ ਹੋਏ ਆ ਉਹਨਾਂ ਨੂੰ ਜਗਾਉਣ ਵਾਸਤੇ ਮੇਰਾ ਜਾਗਣਾ ਬਹੁਤ ਜ਼ਰੂਰੀ ਆ ਔਰ ਜਿਹੜੀ ਜਾਤਪਾਤ ਦੇ ਖਿਲਾਫ ਗੁਰੂ ਸਾਹਿਬਾਨ ਨੇ ਲੜਾਈ ਲੜੀ ਉਸੇ ਜਾਤ ਪਾਤ ਦੀਆਂ ਜੜ੍ਹਾਂ ਨੂੰ ਬੇਪਰਦ ਕੀਤਾ ਡਾਕਟਰ ਪੀਮਰਾਓ ਅੰਬੇਦਕਰ ਨੇ ਔਰ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਾਂਗੇ ਤੇ ਉਹ ਸੁੱਤੇ ਹੋਏ ਇਸ ਦੇਸ਼ ਦੇ ਮਜ਼ਦੂਰਾਂ ਨੂੰ ਵੀ ਜਗਾਉਣ ਦੀ ਗੱਲ ਕਰਾਂਗੇ ਤੇ ਜਦੋਂ ਕਿਸਾਨ ਤੇ ਮਜ਼ਦੂਰ ਇੱਕ ਹੋਣਗੇ ਫਿਰ ਕਿਸੇ ਮੋਦੀ ਦਾ ਕਿਸੇ ਆਰਐਸਐਸ ਦਾ ਕਿਸੇ ਕਾਰਪੋਰੇਟ ਦੀ ਇਹ ਹਿੰਮਤ ਨਹੀਂ ਆ ਕਿ ਸਾਡੇ ਦੇਸ਼ ਦੇ ਵਿੱਚੋਂ ਉਹ ਕਿਰਤ ਕਾਨੂੰਨਾਂ ਦਾ ਭੋਗ ਪਾ ਸਕੇ ਸਾਡੇ ਦੇਸ਼ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋ ਸਕੇ ਸਾਡੇ ਦੇਸ਼ ਦਾ ਜਲ ਜੰਗਲ ਜ਼ਮੀਨ ਖੋ ਸਕੇ ਇਸ ਕਰਕੇ ਆਓ ਇਸ ਦੇਸ਼ ਦੇ ਵਿੱਚ ਭਾਈ ਲਾਲੂਆਂ ਦੀ ਜਿਹੜੀ ਆ ਸਾਂਝ ਉਸਾਰੀਏ ਔਰ ਮਲਕ ਭਾਗਵਾਂ ਦੇ ਜਿਹੜੇ ਆ ਉਹ ਮੂੰਹ ਪੰਨੀਏ ਇਹਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਰ ਜੰਦਰ ਜੀ ਹੁਣ ਅਗਲੇ ਸਟੇਜ ਕਤਰ ਭਪਿੰਦਰ ਸਿੰਘ ਜੀ ਲੋਂਗੋਵਾਲ ਸੂਬਾ ਕਮੇਟੀ ਮੈਂਬਰ ਤੇ ਜੂਥ ਵਿੰਗ ਦੇ ਕਨਵੀਨਰ ਕਿਰਤੀ ਕਿਸਾਨ ਯੂਨੀਅਨ ਉਹ ਸਟੇਜ ਦੀ ਕਾਰਵਾਈ ਜਿਹੜੀ ਆ ਉਹ ਚਲਾਉਣਗੇ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮੇਰੀ ਡਿਊਟੀ ਸਟੇਜ ਚ ਲਾਉਣ ਤੇ ਲੱਗੀ ਐ ਤੇ ਮੈਂ ਕੋਸ਼ਿਸ਼ ਕਰਾਂਗਾ ਸਟੇਜ ਦੇ ਮਿਆਰ ਅਨੁਸਾਰ ਇਸ ਨੂੰ ਚਲਾਇਆ ਜਾਵੇ ਤੇ ਸਮੁੱਚੇ ਬੁਲਾਰਿਆਂ ਤੋਂ ਵੀ ਆਸ ਕਰਾਂਗੇ ਕਿ ਉਹ ਸਹਿਯੋਗ ਕਰਨਗੇ ਔਰ ਸਾਰੇ ਬੁਲਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਐ ਆਪਣਾ ਜੋ ਅੰਦੋਲਨ ਹੈ ਖੇਤੀ ਕਾਨੂੰਨਾਂ ਦੇ ਖਿਲਾਫ ਹੈ ਉਹ ਖੇਤੀ ਕਾਨੂੰਨਾਂ ਦੇ ਸੰਬੰਧ ਦੇ ਵਿੱਚ ਔਰ ਮੋਦੀ ਸਰਕਾਰ ਦੇ ਖਿਲਾਫ ਆਪਣੀ ਗੱਲਬਾਤ ਹੈ ਜਿਹੜੀ ਇਸ ਤੇ ਕੇਂਦਰਿਤ ਰੱਖਣਾ ਕਿਸੇ ਵਿਸ਼ੇਸ਼ ਧਰਮ ਦੇ ਖਿਲਾਫ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਤੇ ਉਹ ਗੱਲ ਨਾ ਕੀਤੀ ਜਾਵੇ ਔਰ ਸਮੇਂ ਦਾ ਧਿਆਨ ਰੱਖਿਆ ਜਾਵੇ ਸੋ ਹੁਣ ਮੈਂ ਬੇਨਤੀ ਕਰੂੰਗਾ ਕਾਕਾ ਬਰਾੜ ਜੀ ਮੀਤ ਪ੍ਰਧਾਨ ਬੀਕੇਜੂ ਲਖੋਵਾਲ ਜ਼ਿਲ੍ਹਾ ਫਰੀਦਕੋਟ ਤੇ ਇਹਨਾਂ ਤੋਂ ਬਾਅਦ ਸਰਦਾਰ ਬੂਟਾ ਸਿੰਘ ਜੀ ਚੱਕਰ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਨੇ ਇਹਨਾਂ ਤੋਂ ਬਾਅਦ ਉਹ ਗੱਲ ਕਰਨਗੇ ਹੁਣ ਕਾਕਾ ਬਰਾੜ ਜੀ 5 ਮਿੰਟ ਲਈ ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਸੂਬਿਆਂ ਤੋਂ ਆਏ ਜਿਹੜਾ ਰੂ ਜੋਧਿਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲ ਤਿੰਨ ਕਾਲੇ ਕਾਨੂੰਨਾਂ ਦੀ ਆਪਾਂ ਹਰ ਰੋਜ਼ ਕਰਦੇ ਆ ਇੱਕ 220 ਬਿਜਲੀ ਐਕਟ ਇੱਕ ਪਰਾਲੀ ਵਾਲਾ ਮੁੱਦਾ ਇੱਕ ਕਰੋੜ ਜੁਰਮਾਨਾ 5 ਸਾਲ ਦੀ ਸਜ਼ਾ ਇਹ ਸਾਰੇ ਰੱਦ ਕਰਾਉਣੇ ਆਪਾਂ ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ ਆਪਾਂ ਉਹਨਾਂ ਚਿਰ ਛਾ ਨਹੀਂ ਹਟਦੇ ਅੱਗੇ ਵਧਣਾ ਦੋ ਦਿਨ ਵਧ ਰਹੇ ਆ ਹੁਣ ਗੱਲ ਬੀਜੇਪੀ ਮੋਦੀ ਸਰਕਾਰ ਦੀ ਕਰਦੇ ਆ ਜਿਹੜੀਆਂ ਬਾਹਰਲੇ ਮੁਲਕਾਂ ਨੇ ਫੇਲ ਹੋਈਆਂ ਚੀਜ਼ਾਂ ਫੇਰ ਉਹ ਕਾਨੂੰਨ ਇਹ ਲਾਗੂ ਕਰਦੇ ਆਪਣੇ ਤੇ ਬਣਾ ਕੇ ਅਮਰੀਕਾ ਦੇ ਵਿੱਚ ਇਹ ਕਾਨੂੰਨ ਬਣੇ ਖੇਤੀ ਕਾਨੂੰਨ ਉਹ ਬੁਰੀ ਤਰ੍ਹਾਂ ਫੇਲ ਹੋਏ ਉਹ ਆਪਣੇ ਤੇ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਦੂਜਾ ਈਵੀਐਮ ਮਸ਼ੀਨਾਂ ਵੋਟਾਂ ਪੈਣ ਵਾਲੀਆਂ ਉਹ ਬਾਹਰਲੇ ਮੁਲਕਾਂ ਨੇ ਬੁਰੀ ਤਰ੍ਹਾਂ ਫੇਲ ਕੀਤੀਆਂ ਉਹ ਇਹਨਾਂ ਨੇ ਆਪਣੇ ਤੇ ਲਾਗੂ ਕੀਤੀਆਂ ਇਹ ਲਾਗੂ ਆਪਣੇ ਤੇ ਪਤਾ ਕਿਵੇਂ ਆ ਇਹ ਆਪਣੇ ਲਈ ਕੁਛ ਨਹੀਂਗਾ ਜੇ ਤਾਂ ਇਲੈਕਸ਼ਨ ਆ ਉਹ ਵੀ ਇਹਨਾਂ ਨੇ ਬਿਜ਼ਨਸ ਬਣਾ ਲੇ ਤੁਹਾਡੇ ਲਈ ਕੁਛ ਨਹੀਂਗਾ ਉਹ ਬਿਜ਼ਨਸ ਬਣਾ ਲੇ ਇਹਨਾਂ ਨੇ ਆਪ ਦੇ ਜਿਹੜਾ ਐਮਪੀ ਬਣਦਾ ਉਹਦੇ ਪੁੱਤ ਪੋਤਰਿਆਂ ਦੇ ਰੋਟੀਆਂ ਜ਼ਮੀਨਾਂ ਜਾਇਦਾਦਾਂ ਬਣਾ ਦਿੰਦੇ ਜਿਹੜਾ ਐਮਐਲਏ ਬਣਦਾ ਉਦੇ ਪੁੱਤ-ਪੋਤਰਿਆਂ ਦੀਆਂ ਇਹ ਤਿੰਨ-ਤਿੰਨ ਚਾਰ-ਚਾਰ ਪੀੜੀਆਂ ਦੀਆਂ ਅਗਲੀਆਂ ਪੁਸਤਾਂ ਜਿਹੜੀਆਂ ਕਾਇਮ ਕਰ ਦਿੰਦੇ ਆ ਇਹ ਆਪ ਦੇ ਵਾਸਤੇ ਕਰਦੇ ਆ ਥੋੜੇ ਵਾਸਤੇ ਕੁਝ ਨਹੀਂ ਕਰਦੇ ਹੁਣ ਜਿਹੜੇ ਤਿੰਨ ਕਾਲੇ ਕਾਨੂੰਨ ਬਣਾਏ ਸੀ ਇਹ ਆਦੇ ਥੋਡੀ ਆਮਦਨ ਦੁੱਗਣੀ ਕਰਾਂਗੇ ਥੋਡੀ ਆਮਦਨ ਦੁੱਗਣੀ ਕਿਹੜੀ ਕਰਨੀ ਸੀ ਆਮਦਨ ਤਾਂ ਦੁੱਗਣੀ ਇਹ ਕਰ ਰਹੇ ਆ ਅਵਾਨੀਆਂ ਦਾਣੀਆਂ ਦੀ ਆਪਣੇ ਆਮਦਨ ਦੁੱਗਣੀ ਨਹੀਂ ਆਮਦਨ ਇਹ ਬਾਨੀਆਂ ਡਾਨੀਆਂ ਦੀ ਜਿਹੜੇ ਕਾਰਪੋਰੇਟ ਘਰਾਣੇ ਆ ਕੱਲੇ ਬਾਨੀ ਡਾਨੀ ਨਹੀਂ ਉਹਦੇ ਤੇ ਜਿਹੜੇ ਪੋਲੀਟਿਕਲ ਬੰਦੇ ਆ ਉਹਦੇ ਵਿੱਚ ਸਾਰੇ ਆਉਂਦੇ ਆ ਇਹ ਕੱਲੇ ਅਦਾਨੀਆਂ ਬਾਨੀਆਂ ਦਾ ਤਾਂ ਆਪਣੇ ਨਾਂ ਮੂੰਹ ਤੇ ਚੜਿਆ ਜਿੰਨੇ ਵੀ ਪੋਲੀਟਿਕਲ ਬੰਦੇ ਹਿੰਦੁਸਤਾਨ ਦੇ ਆ ਕਾਰਪੋਰੇਟ ਘਰਾਣਿਆਂ ਦੇ ਵਿੱਚ ਇਹ ਸਾਰੇ ਆਉਂਦੇ ਆ ਇਹ ਕੋਈ ਨਹੀਂ ਚਾਹੁੰਦਾ ਵੀ ਤੁਹਾਡੇ ਕਾਲੇ ਕਾਨੂੰਨ ਰੱਦ ਹੋ ਜਾਣਾ ਇਹ ਸਾਰੇ ਹੁਣ ਪੂਰੇ ਪੰਜਾਬ 'ਚ ਵੀ ਚੱਲ ਪਿਆ ਹੋਰ ਸਟੇਟਾਂ 'ਚ ਵੀ ਆ ਹਰਿਆਣੇ ਵਾਲਿਆਂ ਦਾ ਧੰਨਵਾਦ ਕਰਦਾ ਮੈਂ ਇਹਨਾਂ ਨੇ ਲੱਗੀ ਹੋਈ ਜਾਗ ਨੂੰ ਇਹਨਾਂ ਨੇ ਰੜਕ ਕੇ ਦੁੱਧ ਤੋਂ ਮੱਖਣ ਬਣਾ ਕੇ ਕਿਉਂ ਨਾ ਤਾਰਤਾ ਇਹਨਾਂ ਨੇ ਲੀਡਰਾਂ ਦਾ ਆਵਾਜ਼ਾ ਵਿਰੋਧ ਕੀਤਾ ਹਰਿਆਣੇ ਦੇ ਵਿੱਚ ਕੋਈ ਮੂੰਹ ਨਹੀਂ ਕਰਦਾਗਾ ਖੱਟਰ ਦਾ ਹੈਲੀਕਾਪਟਰ ਉਤਰਨ ਨਹੀਂ ਦਿੱਤਾ ਇਹਨਾਂ ਨੇ ਹੈਲੀ ਬੈਡ ਪੱਟ ਕੇ ਰੱਖਤੀ ਇਹ ਹਰਿਆਣੇ ਵਾਲਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਹੁਣ ਪੰਜਾਬ ਵਾਲੇ ਸੁਣ ਲੋ ਇਕੱਲੇ ਬੀਜੇਪੀ ਵਾਲੇ ਨਹੀਂ ਵੀ ਆਪਾਂ ਬੀਜੇਪੀ ਵਾਲਿਆਂ ਦਾ ਵਿਰੋਧ ਕਰਨਾ ਤੇ ਦੂਜਿਆਂ ਨਾਲ ਫੋਟੋਆਂ ਲੁਵਾਈ ਜਾਓ ਜਿਹੜਾ ਵੀ ਲੀਡਰ ਪੰਜਾਬ ਚਾਉਂਦਾ ਉਹਦਾ ਡਟ ਕੇ ਵਿਰੋਧ ਕਰਿਆ ਕਰੋ ਇਹ ਤੁਹਾਡੇ ਕੋਈ ਸੱਜਣ ਨਹੀਂਗੇ ਇਹ ਸਾਰੇ ਇਹਨਾਂ ਕਾਨੂੰਨਾਂ ਦੇ ਹੱਕਦਾਰ ਆ ਇਹਨਾਂ ਦੇ ਵਿੱਚ ਬਹਿ ਕੇ ਬਣੇ ਆ ਇਹ ਉਹਨਾਂ ਦੇ ਭਾਗੀਦਾਰ ਆ ਇਹ ਕਿਸੇ ਨੂੰ ਪਹਿਲਾਂ ਇਹਨਾਂ ਨੇ ਕਿਉਂ ਨਹੀਂ ਜਾਗਰਿਤ ਕੀਤਾ ਆਹ ਕੰਮ ਆਪਾਂ ਪਹਿਲਾਂ ਵੀ ਕਰ ਸਕਦੇ ਸੀ ਜੇ ਆਪਾਂ ਨੂੰ ਦੱਸ ਦਿੰਦੇ ਪਰ ਹੁਣ ਤੱਕੜੇ ਹੋ ਜੋ ਇਹਨਾਂ ਨੇ ਬਣਾਇਆ ਸੀ ਆਪਣੇ ਗੱਲ ਦਾ ਰੱਸਾ ਵੀ ਕਿਸਾਨ ਨੂੰ ਫਾਇਆ ਦੇ ਕੇ ਫਾਸੀ ਤੇ ਲਟਕਾਉਣਾ ਇਹ ਫਾਸੀ ਤੇ ਲਟਕਾਉਣ ਵਾਲੇ ਹੁਣ ਖਦ ਖੁਦ ਫਾਸੀ ਤੇ ਲਟਕਣਗੇ ਭਾਜਪੀ ਵਾਲੇ ਖੁਦ ਫਾਸੀ ਤੇ ਲਟਕਣਗੇ ਹੁਣ ਜਿਹੜੇ ਤੁਹਾਨੂੰ ਫਾਸੀ ਤੇ ਲਟਵਾਉਣ ਵਾਲੇ ਆ ਟਕੜੇ ਹੋ ਜੋ ਤੁਸੀਂ ਪੁੱਛੋ ਕਿਵੇਂ ਲਟਕਣਗੇ ਪੰਜ ਸੂਬਿਆਂ ਦੇ ਵਿੱਚ ਚੋਣਾ ਹੋ ਰਹੀਆਂ ਪੰਜਾਂ ਸੂਬਿਆਂ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨਗੇ ਇਹਨਾਂ ਦੀ ਕਿਤੇ ਵੀ ਸਰਕਾਰ ਨਹੀਂ ਬਣਨੀਗੀ ਇਹਨਾਂ ਦੀ ਕਿਤੇ ਸੁਣਵਾਈ ਨਹੀਂ ਹੋਣੀ ਥੋੜੀ ਕਿਸਾਨਾਂ ਦੀ ਸੁਣਵਾਈ ਹੋਣੀ ਹੈ ਕਿਸਾਨਾਂ ਨੂੰ ਪਤਾ ਲੱਗ ਗਿਆ ਕਿਸਾਨ ਪੰਜਾਬ ਦਾ ਹੋਵੇ ਖੰਜਾ ਕਿਸਾਨ ਹਰਿਆਣੇ ਦਾ ਹੋਵੇ ਕਿਸਾਨ ਜੂਪੀ ਦਾ ਹੋਵੇ ਕਿਸਾਨ ਕਰਨਾਟਕਾ ਦਾ ਹੋਵੇ ਕਰਨਾਟਕ ਕੇਰਲਾ ਦਾ ਹੋਵੇ ਜਾਂ ਸਾਮ ਦਾ ਹੋਵੇ ਸਾਰਿਆਂ ਨੂੰ ਪਤਾ ਲੱਗ ਗਿਆ ਸਾਰੇ ਵਿਰੋਧ ਕਰਨ ਲੱਗੇ ਉਹਨਾਂ ਨੂੰ ਸਾਰਿਆਂ ਨੂੰ ਜਾਗ ਆ ਗਈ ਆ ਹੁਣ ਤੇ ਤੁਸੀਂ ਵੀ ਹੁਣ ਤੱਕੜੇ ਹੋ ਜੋ ਜਦੋਂ ਦਿਨ ਮਾਰੇ ਆਉਂਦੇ ਆ ਉਦੋਂ ਆਵੇ ਗਿੱਦੜ ਜਾਨਵਰ ਆ ਕੇ ਪਿੰਡ ਵੱਲ ਭੱਜਦਾ ਇਨਾਂ ਦੇ ਦਿਨ ਮਾੜੇ ਆ ਗਏ ਹੁਣ ਹੁਣ ਇਹਨਾਂ ਦੀ ਜਿਵੇਂ ਜਿਵੇਂ ਅੰਦੋਲਨ ਲੰਮਾ ਹੁੰਦਾ ਓਵੇਂ ਓਵੇਂ ਇਹਨਾਂ ਦੀ ਢਾ ਲੱਗਣੀ ਓਵੇਂ ਓਵੇਂ ਇਹਨਾਂ ਦਾ ਸਫਾਇਆ ਹੋਣਾ ਟਾਈਮ 5 ਮਿੰਟ ਮਿਲਿਆ ਬਸ 1 ਮਿੰਟ 2 ਮਿੰਟ ਹੋਰ ਲਾ ਕੇ ਗੱਲ ਸਮਾਪਤੀ ਕਰਾਂਗੇ ਸੈਕਟਰੀ ਸਾਹਿਬ ਖੜੇ ਹੋਗੇ ਪਚਾਲ ਆਉਂਦੇ ਆ ਬਹੁਤ ਵੱਡੇ ਵੱਡੇ ਜਦੋਂ ਪਚਾਲ ਆਉਂਦੇ ਆ ਜਿਹੜੇ ਨਰਮ ਰੋਖ ਹੁੰਦੇ ਆ ਉਹ ਲੰਮੇ ਹੋ ਜਾਂਦੇ ਆ ਉਹ ਟਾਈਮ ਕੱਢ ਲੈਂਦੇ ਆ ਤੇ ਜਿਹੜੇ ਰੁੱਖ ਖੜੇ ਰਹਿ ਜਾਂਦੇ ਆ ਅਕੜ ਦੇ ਵਿੱਚ ਜਿਹੜੇ ਰੁੱਖ ਖੜੇ ਹੋ ਜਾਂਦੇ ਰਹਿ ਜਾਂਦੇ ਨੇ ਆਕੜ ਦੇ ਵਿੱਚ ਉਹਨਾਂ ਦੀਆਂ ਪਹਚਾਲ ਜੜਾਂ ਪੱਟ ਕੇ ਤਾਂ ਕਰ ਦਿੰਦਾ ਉਹਨਾਂ ਦੀਆਂ ਜੜਾਂ ਪੱਟ ਕੇ ਤਾਂ ਕਰ ਦਿੰਦਾ ਹੁਣ ਇਹਨਾਂ ਦਾ ਬੀਜੇਪੀ ਵਾਲਿਆਂ ਦਾ ਸਫਾਇਆ ਹੋਣਾ ਤੁਸੀਂ ਇਹਨਾਂ ਦੀਆਂ ਜੜਾਂ ਪੱਟ ਕੇ ਤਾਂ ਕਰ ਦੇਣੀਆਂ ਫਿਕਰ ਨਾ ਕਰਿਆ ਕਰੋ ਸਮਾਂ ਆਪਣਾ ਥੋੜਾ ਪੂਰਾ ਹੋ ਗਿਆ ਤੇ ਤਾ ਕਿਰੋ ਕਿ ਹੌਸਲਾ ਰੱਖਿਆ ਕਰੋ ਪਿੰਡਾਂ ਚੋਂ ਵੱਧ ਤੋਂ ਵੱਧ ਆਇਆ ਕਰੋ ਸਤੇਜ ਤੇ ਹਾਜ਼ਰੀ ਵੱਧ ਤੋਂ ਵੱਧ ਭਰਿਆ ਕਰੋ ਜਿੰਨੀ ਹਾਜ਼ਰੀ ਵੱਧ ਭਰੋਗੇ ਜਿੰਨਾ ਤੁਹਾਡਾ ਇਕੱਠ ਵੱਧ ਹੋਊਗਾ ਓਨਾ ਇਹਨਾਂ ਦੇ ਭਾਦੀ ਬਣੂਗੀ ਅੰਦਰੋਂ ਡਰੇ ਆ ਅੰਦਰੋਂ ਕੰਬੇ ਆ ਹੁਣ ਇਹਨਾਂ ਨੂੰ ਇਹ ਆ ਵੀ ਅਸੀਂ ਕਿਵੇਂ ਨਾ ਕਿਵੇਂ ਵੀ ਅਸੀਂ ਆਪਦਾ ਪੱਖ ਬਚਾ ਲਈਏ ਇਹ ਪੱਖ ਨਹੀਂ ਹੁਣ ਬਚਣਾ ਪੱਖ ਉਦੋਂ ਬਚਦੇ ਆ ਜਦੋਂ ਆਪਾਂ ਕਹਿੰਨੇ ਪਿੰਡ ਦੇ ਸੱਤ ਦੇ ਵਿੱਚ ਪੰਚਾਇਤੀ ਫੈਸਲੇ ਹੁੰਦੇ ਆ ਉਦੋਂ ਦੋਹਾਂ ਤਰ੍ਹਾਂ ਦਾ ਰਾਜੀਨਾਮਾ ਹੋ ਜਾਂਦਾ ਉਹ ਤਾਂ ਗੱਲ ਮੁੱਕ ਗਈ ਪੱਖ ਫੁੱਕ ਨਹੀਂ ਇਹਨਾਂ ਦਾ ਬਚਣਾ ਹੁਣ ਇਹਨਾਂ ਦਾ ਸਫਾਇਆ ਹੋਣਾ ਜਿੱਤ ਕਿਸਾਨਾਂ ਦੀ ਹੋਣੀ ਹੈ ਹੁਣ ਪੰਜ ਚਾਰ ਮੈਂ ਨਾਰੇ ਲਾਊਗਾ ਤੇ ਤੁਸੀਂ ਨਾਰਿਆਂ ਦਾ ਜਵਾਬ ਨਾਰਿਆਂ ਚ ਦੇਣਾ ਤਕੜੇ ਹੋ ਕੇ ਕਿਸਾਨ ਏਕਤਾ ਕਿਸਾਨ ਏਕਤਾ जय जवान जय किसान इनकलब इनकल बोले सोन वाहेगुरु जी का खालसा वाहेगुरु जी की फतेह